ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਉਹ ਜਾਂਦਾ ਇੱਥੇ ਰੁੱਟ ਕੇ ਖਾਂਦਾ ਜੀ, ਕਾਸ ਨੂੰ ਖੱਜਣ ਨਹੀਂ ਦਿੰਦਾ। ਸੱਚ ਪੇੜਾ ਤੇਰੇ ਮਾਰਨੀ ਵੇਖਿਆ ਜੀ ਹਾਲ ਇਹਦਾ, ਸਾਰਾ ਮੱਲਾ ਜਾਂਦਾ ਮੈਂ ਤੇ ਛੁੱਟਰ ਮੈਂ ਨੂੰ ਬੱਚਿਆਂ ਮਲਾ ਹੋ ਕੇ ਟੁੱਟਰੇ ਮੇਰੇ ਹੋ ਕੇ, ਕਿਉਂਕਿ ਇਹਨੇ ਠਾਣੇ ਵਾਲੇ ਇਹਨੂੰ ਕਰਦੇ ਨਹੀਂ ਫੋਨ, ਤੇਰੇ ਨੇ ਭੱਜ ਜਾਣਾ ਹੀ। ਤੁਸੀਂ ਪੁਲਿਸ ਦੀ ਰੇਡ ਤਾਂ ਬਹੁਤ ਵਾਰ ਵੇਖੀ ਹੋਵੇਗੀ, ਪਰ ਇਹਨਾਂ ਤਸਵੀਰਾਂ ਵਿੱਚ ਇੱਕ ਪੁਲਿਸ ਵਾਲੇ ਦੀ ਪਤਨੀ ਆਪਣੇ ਪਤੀ ਤੇ ਰੇਡ ਕਰ ਰਹੀ ਹੈ। ਇਹ ਤਸਵੀਰਾਂ ਨੇ ਜਲੰਧਰ ਦੇ ਬਾਬਾ ਦੀਪ ਸਿੰਘ ਨਗਰ ਦੀਆਂ, ਜਿੱਥੇ ਇੱਕ ਸਬ ਇੰਸਪੈਕਟਰ ਨੂੰ ਗਾਲਾਂ ਦੇ ਰਹੀ ਇਹ ਔਰਤ ਇਸ ਪੁਲਿਸ ਵਾਲੇ ਦੀ ਪਤਨੀ ਹੈ, ਜਿਸ ਦਾ ਆਰੋਪ ਹੈ ਕਿ ਜਿਸ ਘਰ ਚੋਂ ਉਸਨੇ ਆਪਣੇ ਪਤੀ ਨੂੰ ਕੱਢਿਆ ਹੈ ਉਸ ਘਰ ਦੀ ਔਰਤ ਨਾਲ ਉਸਦੇ ਪਤੀ ਦੇ ਨਜਾਇਜ਼ ਸੰਬੰਧ ਹਨ। ਉਧਰ ਜਦੋਂ ਮੌਕੇ ਤੇ ਥਾਣਾ 8 ਦੇ ASI ਕਿਰਪਾਲ ਸਿੰਘ ਪਹੁੰਚੇ ਤਾਂ ਉਹ ਵੀ ਪੀੜਤ ਔਰਤ ਨਾਲ ਬਦਸਲੂਕੀ ਕਰਦੇ ਦਿਖਾਈ ਦਿੱਤੇ ਅਤੇ ਆਰੋਪੀ ਸਬ ਇੰਸਪੈਕਟਰ ਨੂੰ ਉੱਥੋਂ ਭਜਾ ਦਿੱਤਾ। ਉੱਥੇ ਇਲਜ਼ਾਮ ਕੀ ਆ, ਵੈਰੀਫਾਈ ਕਰਾਂਗੇ, ਉਹਦਾ ਇਲਜ਼ਾਮ ਦੱਸੋ, ਤੁਹਾਡੇ ਕਹਿੰਦੇ ਇਲਜ਼ਾਮ ਥੋੜਾ ਹੈ, ਉੱਥੇ ਕੋਈ ਇਲਜ਼ਾਮ ਨਹੀਂ ਆ। ਇਹਨਾਂ ਦੇ ਡਿਸਪਿਊਟ ਬਹੁਤ ਪੁਰਾਣਾ ਚੱਲਣ ਡਿਆ ਵਾ, ਇਹ ਗਲੀਰ ਕਰਨ ਡਿਆ ਉਹਨੂੰ ਗਿਰਗਿਰ ਦੇਣਾ। ਮੇਰੀ ਗੱਲ ਇੱਧਰ ਵੀ ਮਾਰ ਦਿਓ, ਇੱਧਰ ਵੀ ਕਰੋ, ਮਰ ਜਾ ਇੱਧਰ ਵੀ ਕਰੋ, ਇੱਧਰ ਕਰ ਲਾ ਯਾਰ, ਬਣਾ ਲਾ ਤੂੰ ਵੀ, ਬਣਾ ਲਾ ਕੈਮਰਾ, ਬੰਨੇ ਬੋਲਣ ਡਈ ਹੈ। ਇਸ ਸਾਰੀ ਘਟਨਾ ਤੋਂ ਬਾਅਦ ਉਕਤ ਔਰਤ ਨੇ ਜਲੰਧਰ ਪੁਲਿਸ ਕਮਿਸ਼ਨਰ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਫਿਰ ਦੇਖੋ ਕਿਵੇਂ ਉਸਨੇ ਪੁਲਿਸ ਕਮਿਸ਼ਨਰ ਅਤੇ ਮੀਡੀਆ ਅੱਗੇ ਆਪਣੀ ਪਤੀ ਅਤੇ ਉਸਦੇ ਭਰਾ ਦੀਆਂ ਪੋਲਾਂ ਖੋਲੀਆਂ। ਮੈਂ ਇਹਨੂੰ ਰੋਜ਼ ਪੁੱਛਦੀ ਸੀ ਆਪਣੇ ਆਦਮੀ ਨੂੰ, ਤੇਰੀ ਡਿਊਟੀ ਕਿੰਨੇ ਤੋਂ ਕਿੰਨੇ ਆ, ਕਹਿੰਦਾ 6 ਵਜੇ ਤੋਂ 2 ਮੇਰੀ ਡਿਊਟੀ ਹੈਗੀ 6 ਵਜੇ ਦੀ, ਸਾਨੂੰ ਨਾ ਬੁਲਾਉਂਦਾ। ACP ਸਾਹਿਬ ਨੇ ਮੈਨੂੰ ਰਾਸ਼ਨ ਵਾਸਤੇ ਹੀ ਪੈਸੇ ਦਿੱਤੇ ਸੀ 2017 'ਚ, ਉਸ ਤੋਂ ਬਾਅਦ ਮੇਰਾ 13,000 ਖਰਚਾ ਵੀ ਲਾਇਆ ਗਿਆ। ਪਰ ਸਰ ਮੈਂ ਨਿਆਂ ਮੰਗਣੀ ਹਾਂ, ਮੈਂ ਅੱਜ 50 ਸਾਲਾਂ ਦੀ ਹੋ ਗਈ ਹਾਂ, ਮੇਰੇ ਬੱਚੇ ਇੱਕ 27 ਸਾਲ ਦਾ, ਇੱਕ 23 ਸਾਲ ਦਾ, ਮੇਰੇ ਬੱਚਿਆਂ ਦਾ ਕੀ ਬੀਤਦੀ ਵੀ ਹੈ। ਮੇਰੇ ਬੱਚੇ ਅਗਰ ਕੁਛ ਕਰ ਲਓ, ਅਰੁਣ ਕੁਮਾਰ ਇਹ ਵਰੁਣ ਦਾ ਭਰਾ ਹੈ ਸਰ, ਪਹਿਲਾਂ ਵਰੁਣ 'ਤੇ ਕਾਰਵਾਈ ਕਰੋ, ਜਿਹੜਾ ਹੈੱਡ ਕਲਰਕ ਹੈ, ਜਿਹੜੀ ਆਪਣੀ ਪਾਵਰ ਯੂਜ਼ ਕਰਦਾ ਰਿਹਾ, ਕਿਉਂਕਿ ਮੇਰੀ ਕੋਈ ਸੁਣਵਾਈ ਨਹੀਂ ਹੋ ਸਕੀ। ਮੇਰੀਆਂ ਚਿੱਠੀਆਂ ਹਾਂ ਸਰ, ਇਹ ਮੈਨੂੰ ਕੁਛ ਨਹੀਂ ਸੀ ਪੈਸਾ ਦਿੰਦਾ, ਕੋਈ ਪੈਸਾ ਨਹੀਂ ਸੀ ਦਿੰਦਾ। ਤੁਸੀਂ ਸਰ ਮੈਨੂੰ ਬਾਬੇ ਬਕਾਲੇ ਸਾਹਿਬ ਵੀ ਮਿਲੇ, ਉਹ ਵਰੁਣ ਬਾਲੀ ਹੈ, ਔਰ ਵਰੁਣ ਬਾਲੀ ਤਾਂ ਛੋਟਾ ਭਰਾ ਜਿਹੜਾ ਨਸ਼ੇ ਵੇਚਦਾ। ਸਰ 6 ਮਹੀਨੇ ਹੋ ਗਏ ਮੇਰੀ ਲੈਟਰ ਗਈ, ਔਰ ਸੁੰਦਰ ਵੀ ਜੀ ਮੈਨੂੰ ਅੱਗੋਂ ਕਹਿੰਦੇ ਨੇ ਉਹ ਜਿਹਨੂੰ ਮਰਜ਼ੀ ਤਨਖਾਹ ਦੇਵੇ, ਕੀ ਗੱਲ, ਮੈਂ ਕਿੱਥੇ ਜਾਣਾ, ਮੈਂ ਖੁਦ ਡੁੱਬ ਜਾਵਾਂ। ਮੈਂ ਇਸ ਤਰ੍ਹਾਂ ਦੀ ਲੇਡੀ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਮੈਂ DGP ਸਾਹਿਬ ਨੂੰ ਵੀ ਕਹਾਂਗੀ, ਮੈਂ ਉਸ ਲੇਡੀ ਨਾਲ ਗੱਲ ਨਹੀਂ ਕਰਨਾ ਚਾਹੁੰਦੀ, ਮੈਨੂੰ ਇਨਸਾਫ ਨਹੀਂ ਦਿੱਤਾ ਉਹਨਾਂ ਨੇ, ਮੈਨੂੰ CP ਸਾਹਿਬ ਕੋਲੋਂ ਇਨਸਾਫ ਚਾਹੀਦਾ। 25 ਸਾਲ ਮੇਰੀ ਸੱਸ ਮੇਰੇ 'ਤੇ ਅੱਤਿਆਚਾਰ ਕਰਵਾਉਂਦੀ ਰਹੀ, ਔਰ ਮੇਰੀ ਦਰਾਣੀ ਨਾਲ ਮੇਰੇ ਆਦਮੀ ਨੇ ਰਿਲੇਸ਼ਨ ਬਣਾ ਦਿੱਤੇ, ਜਿਹੜਾ ਨਸ਼ੇ ਵੇਚਦਾ ਉਹਦਾ ਆਦਮੀ, ਔਰ ਦੋਨੇ ਮੀਆਂ ਬੀਬੀ 1245 ਪੱਕਾ ਬਾਗ 'ਚ ਰਹਿੰਦੇ ਨੇ, ਹਜੇ ਵੀ ਨੀਂਦ ਦੀਆਂ ਗੋਲੀਆਂ ਵੇਚਦੇ। ਸਰ ਸਰ ਇਹਨਾਂ 'ਤੇ ਕੋਈ ਕਾਰਵਾਈ ਹੁਣੇ ਹੋਵੇ, ਇਹ ਮਰਨ, ਇਹ ਭੁੱਖੇ ਮਰਨ, ਜਿਸ ਤਰ੍ਹਾਂ ਮੈਂ ਭੁੱਖੀ ਮਰੀ ਹਾਂ ਨਾ, ਇਹ ਵੀ ਭੁੱਖੇ ਮਰਨ। ਹਾਂ ਵਰੁਣ ਦਾ ਭਰਾ ਹੈ ਸਰ, ਵਰੁਣ ਦੇਵਰ ਹੈ, ਅਤੇ ਵਰੁਣ ਨੇ ਮੈਨੂੰ 3 ਸਾਲ ਪਹਿਲਾਂ ਕਿਹਾ ਸੀ ਜਿੰਨੀਆਂ ਮਰਜ਼ੀ ਚਿੱਠੀਆਂ ਦੇ ਦੇ ਅਸੀਂ ਕੋਈ ਐਕਸ਼ਨ ਨਹੀਂ ਹੋਣ ਦੇਣਾ। ਸਰ ਮੈਂ ਵਰੁਣ ਦੀ ਡਿਸਮਿਸ ਚਾਹੁੰਦੀ ਹਾਂ, ਮੈਂ ਵਰੁਣ ਨੂੰ ਡਿਸਮਿਸ ਕਰਵਾਉਣਾ ਚਾਹੁੰਦੀ ਹਾਂ, ਔਰ ਇਹਨੂੰ ਵੀ ਕਰਾਵਾਂਗੀ, ਪਰ ਮੇਰੇ ਬੱਚੇ ਨੂੰ ਨੌਕਰੀ ਦਿੱਤੀ ਜਾਵੇ, ਇਹਨੂੰ ਕੱਢਿਆ ਜਾਵੇ, ਫਿਰ ਇਹ ਰੰਗ ਰਲੀਆਂ 26 ਸਾਲਾਂ ਤੋਂ ਮਨਾਉਂਦਾ ਰਿਹਾ। ਆਖਰ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਰ ਅੱਜ ਜਿਹੜੇ ਲੇਡੀਜ਼ ਅਤੇ ਕਮਿਸ਼ਨਰ ਸਾਹਿਬ ਦੇ ਘਰ ਦੇ ਬਾਹਰ ਆਏ ਸੀ ਉਹਦੇ ਬਾਰੇ ਸਵਾਲ ਸੀ। ਇੱਕ ਲੇਡੀ ਹੈ ਜੀ ਸਾਡੇ, ਇੱਕ ਸਬ ਇੰਸਪੈਕਟਰ ਦੀ ਮਿਸਿਜ ਹੈ, ਉਹ 8 ਨੰਬਰ ਏਰੀਏ ਦੇ ਵਿੱਚ, 8 ਨੰਬਰ ਡਿਵੀਜ਼ਨ ਦੇ ਇਲਾਕੇ ਦੇ ਵਿੱਚ, ਉਹਦੀ ਅੱਜ ਵਿਵਾਦ ਹੋਇਆ ਆਪਣੇ ਘਰ ਦੇ ਨਾਲ। ਉਹਦੇ ਸੰਬੰਧ 'ਚ ਕੋਈ ASI ਕਿਰਪਾਲ ਸਿੰਘ ਹੈ ਉਹਦੇ ਖਿਲਾਫ਼ ਇੱਕ ਬਲੇਮ ਲਾਉਂਦੀ ਕਿ ਮੈਨੂੰ ਉਹ ਗਲਤ ਬੋਲਿਆ, ਅਤੇ ਸਾਹਿਬ ਦੇ ਪੇਸ਼ ਹੋਈ CP ਸਾਹਿਬ ਦੇ, CP ਸਾਹਿਬ ਨੇ ਕਿਹਾ ਵੀ ਜੋ ਵੀ ਤਿੰਨ ਕੋਈ ਬਦਤਮੀਜ਼ੀ ਜਾਂ ਕੋਈ ਗਲਤ ਕੋਈ ਬੋਲਿਆ ਹੋਊਗਾ ਉਹਦੇ ਖਿਲਾਫ਼ ਜੋ ਵੀ ਕਾਰਵਾਈ ਬਣਦੀ ਹੋਏਗੀ ਕੀਤੀ ਜਾਵੇਗੀ, ਅਤੇ ਉਹਦੀ ਕੰਪਲੇਂਟ ਲੈ ਕੇ ਜੋ ਕਾਰਵਾਈ ਹੋਊਗੀ ਸਾਹਿਬ ਨੇ ਕਿਹਾ ਵੀ ਸਵੇਰੇ ਕਾਰਵਾਈ ਕਰਦਾ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।